ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਦੀ ਬਾਇਓਪਿਕ ਦੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਜਿਹੜੀ ਕਿ ਉਹਨਾਂ ਦੇ ਮੀਡੀਆ ਐਡਵਾਈਜ਼ਰ ਸੰਜੇ ਬਾਰੂ ਵੱਲੋਂ ਲਿਖੀ ਗਈ ਦੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੀ ਮੇਕਿੰਗ ਐਂਡ ਅਨਮੇਕਿੰਗ ਆਫ ਮਨਮੋਹਨ ਸਿੰਘ ਤੇ ਬੇਸਡ ਹੋਵੇਗੀ ਤੇ ਜਿਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਰੋਲ ਪਲੇ ਕਰਨਗੇ ਅਨੁਪਮ ਖੇਰ। ਉੱਥੇ ਹੀ ਜੂਨ 2017 ਦੇ ਵਿੱਚ ਅਨੁਪਮ ਖੇਰ ਨੇ ਇਸ ਫਿਲਮ ਦੀ ਪਹਿਲਾ ਪੋਸਟਰ ਸ਼ੇਅਰ ਕਰਦੇ ਹੋਏ ਟਵਿੱਟਰ ਤੇ ਇਹ ਲਿਖਿਆ ਸੀ ਕਿ ਐਜ਼ ਐਨ ਐਕਟਰ ਸਕਰੀਨ ਤੇ ਕੁਝ ਵੱਡਾ ਕਰਨ ਲਈ ਤੁਹਾਨੂੰ ਆਪਣੇ ਆਪ ਨੂੰ ਚੈਲੰਜ ਕਰਨਾ ਪੈਂਦਾ ਹੈ। ਉੱਥੇ ਹੀ ਅੱਜ ਇਸ ਫਿਲਮ ਦੇ ਕੋ ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਟਵਿੱਟਰ ਤੇ ਇਸ ਫਿਲਮ ਦੀ ਲੰਡਨ 'ਚ ਚੱਲ ਰਹੀ ਸ਼ੂਟਿੰਗ ਦੀਆਂ ਕੁਝ ਪਿਕਚਰ ਸ਼ੇਅਰ ਕੀਤੀਆਂ ਜਿਸ ਦੇ ਵਿੱਚ ਅਨੁਪਮ ਖੇਰ ਐਗਜੈਕਟਲੀ ਡਾਕਟਰ ਮਨਮੋਹਨ ਸਿੰਘ ਜੀ ਵਰਗੇ ਲੱਗ ਰਹੇ ਨੇ। ਉੱਥੇ ਹੀ ਜੇ ਆਪਾਂ ਇਸ ਫਿਲਮ ਦੇ ਡਾਇਰੈਕਟਰ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਡਾਇਰੈਕਟ ਕਰਨ ਜਾ ਰਹੇ ਨੇ ਡੈਪੂਟੈਂਟ ਵਿਜੇ ਰਤਨਾਗਰ ਗੁੱਤੇ ਤੇ ਇਸ ਫਿਲਮ ਦੇ ਵਿੱਚ ਅਨੁਪਮ ਖੇਰ ਦੇ ਨਾਲ ਨਜ਼ਰ ਆਉਣਗੇ ਅਕਸ਼ੇ ਖੰਨਾ ਤੇ ਇਹ ਫਿਲਮ ਰਿਲੀਜ਼ ਹੋਵੇਗੀ 2019 'ਚ ਜਨਰਲ ਇਲੈਕਸ਼ਨਸ ਤੋਂ ਪਹਿਲਾਂ ਯਾਨੀ ਕਿ ਦਸੰਬਰ 2018 ਦੇ ਵਿੱਚ। ਸੋ ਫਰੈਂਡਸ ਤੁਹਾਡਾ ਕੀ ਕਹਿਣਾ ਹੈ ਅਨੁਪਮ ਖੇਰ ਜੀ ਦੀਆਂ ਇਸ ਲੁੱਕਸ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਡੇ ਗਬਰੂ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। gabruu.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਚ।